ਦੇਸ਼ ਵਿਦੇਸ਼ ਤੋਂ ਆਈਆਂ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਵਾਲ ਦੇ ਖਿਲਾਫ਼ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਇਸ ਮੰਗ ਪੱਤਰ ਵਿੱਚ ਇਹ ਗੱਲ ਆਖੀ ਗਈ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਵਾਲ ਵੱਲੋਂ ਸਿੱਖ ਕੌਮ 'ਚ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਕਰਕੇ ਕੌਮ ਦੇ ਵਿੱਚ ਕਾਫ਼ੀ ਵਿਵਾਦ ਪੈਦਾ ਹੋ ਸਕਦਾ ਹੈ। ਇਹਨਾਂ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਹੈ ਕਿ ਢੱਡਰੀਵਾਲ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਈ ਭਾਗੋ ਦੇ ਸੰਬੰਧਾਂ ਬਾਰੇ ਇਤਰਾਜ਼ਯੋਗ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਲਈ ਢੱਡਰੀਵਾਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਕੇ ਇਸ ਗੱਲ ਦਾ ਸਪਸ਼ਟੀਕਰਨ ਮੰਗਿਆ ਜਾਵੇ। ਇਸ ਮੌਕੇ ਰਣਜੀਤ ਸਿੰਘ ਢੱਡਰੀਵਾਲ ਖਿਲਾਫ਼ ਸ਼ਿਕਾਇਤ ਦੇਣ ਵਾਲੇ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਢੱਡਰੀਵਾਲ ਵੱਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉੱਧਰ ਇਸ ਸਾਰੇ ਮਾਮਲੇ ਸੰਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਢੱਡਰੀਵਾਲ ਦੇ ਖਿਲਾਫ਼ ਸ਼ਿਕਾਇਤ ਮਿਲੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸਿੱਖ ਪ੍ਰਚਾਰਕ ਨੂੰ ਸਿੱਖ ਇਤਿਹਾਸ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਇਸ ਮਾਮਲੇ ਸੰਬੰਧੀ 5 ਮੈਂਬਰੀ ਕਮੇਟੀ ਵੀ ਗਠਨ ਕਰ ਦਿੱਤੀ ਗਈ ਹੈ। ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਦੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਆ ਕੇ ਆਪਣੇ ਵੱਲੋਂ ਇਹ ਮੰਗ ਕੀਤੀ ਹੈ ਕਿ ਸਾਡੇ ਨਾਲ ਬਹਿ ਕੇ ਇਹ ਵਿਚਾਰ ਕਰਨ। ਜਿਹੜੇ ਲੋਕ ਮੀਡੀਆ ਦੇ ਬੋਲ ਕੇ ਲੋਕਾਂ ਨੂੰ ਭੜਕਾ ਰਹੇ ਨੇ, ਔਰ ਦੂਜੀ ਗੱਲ ਇਹ ਇੱਕ ਇਕੱਲੀ ਪੰਜਾਬ ਦੀ ਗੱਲ ਨਹੀਂ, ਜਿਹੜੀ ਵਿਦੇਸ਼ ਹੈ, ਜਿਹੜਾ ਵਿਦੇਸ਼ ਵਿੱਚ ਸਾਰੇ ਦੇਸ਼ਾਂ ਵਿੱਚ ਜਿੱਥੇ ਗੁਰਸਿੱਖ ਸੰਗਤਾਂ ਰਹਿੰਦੀਆਂ ਨੇ, ਵੀ ਘੱਟੋ ਘੱਟ 6 ਦੇਸ਼ਾਂ ਤੋਂ ਤਕਰੀਬਨ 50-60 ਮੇਲਾਂ ਜਿਹੜੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਈਆਂ ਨੇ। ਸਾਡੇ ਕੋਲ ਵੀ ਉਹਨਾਂ ਦੇ ਪ੍ਰਿੰਟ ਆਊਟ ਪਏ ਹੋਏ ਨੇ, ਜਿਨ੍ਹਾਂ ਨੇ ਇਸ ਗੱਲ ਦੀ ਮੰਗ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਸ ਮਸਲੇ ਨੂੰ ਗੱਲਬਾਤ ਦੇ ਰਾਹੀਂ ਨਿਬੇੜਿਆ ਜਾਏ, ਜਾਂ ਜਿਹੜੇ ਵੀ ਤਰੀਕੇ ਨਾਲ ਨਿਬੇੜਨਾ ਤੁਸੀਂ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਕਾਰਵਾਈ ਕਰਨੀ। ਇਤਰਾਜ਼ ਕੀ ਆਏ ਨੇ ਰਣਜੀਤ ਸਿੰਘ ਢੱਡਰੀਵਾਲ? ਉਹ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਰੈਕਟਰ ਦੇ ਉੱਤੇ ਦੋਸ਼ ਲਾਇਆ ਕਿ ਮਾਈ ਭਾਗੋ ਜੀ ਉਹਨਾਂ ਦੇ ਨਾਲ ਨਗਰ ਰਹਿੰਦੇ ਰਹੇ ਨੇ, ਜਿਹੜਾ ਕਿਸੇ ਵੀ ਗ੍ਰੰਥ ਵਿੱਚ ਨਹੀਂ ਲਿਖਿਆ ਹੋਇਆ ਜਦੋਂ ਕੱਪੜੇ ਪਾਏ ਮਾਰੇ। ਹਾਂ, ਜਦਕਿ ਜਦੋਂ ਪਹਿਲੇ ਦਿਨ ਕਿਸੇ ਸਿੱਖ ਨੇ ਆ ਕੇ ਉਹ ਬੀਬੀਆਂ ਦੇ ਵਿੱਚ ਰਹਿੰਦੇ ਸੀ, ਉਹ ਆਪਣਾ ਮਸਤ ਅਵਸਥਾ ਦੇ ਵਿੱਚ ਆਨੰਦ ਵਿੱਚ ਉਹ ਰਹਿੰਦੇ ਸੀ, ਕੋਈ ਵਸਤਰ ਘੱਟ ਵੱਧ ਪਾ ਲੈਂਦੇ ਸੀ, ਕਿਸੇ ਨੇ ਆ ਕੇ ਸਿੱਖ ਨੇ ਗੁਰੂ ਸਾਹਿਬ ਦੇ ਕੋਲ ਕਰਨੇ ਕਿਹਾ ਵੀ ਮਾਈ ਇਸ ਤਰ੍ਹਾਂ ਰਹਿੰਦੀ ਹੈ, ਮਾਈ ਭਾਗੋ ਅਤੇ ਉਹਨੂੰ ਤੁਸੀਂ ਕਹੋ, ਅਤੇ ਉਹ ਮਾਈ ਜਦੋਂ ਆਈ ਮਹਾਰਾਜ ਨੇ ਬੁਲਾਇਆ ਜਾਂ ਵੈਸੇ ਆ ਗਈ, ਅਤੇ ਗੁਰੂ ਸਾਹਿਬ ਨੇ ਕਿਹਾ ਵੀ ਸਿੱਖੀ ਦਾ ਜਿਹੜਾ ਸਿਧਾਂਤ ਹੈ ਉਹ ਵਸਤਰ ਪਾ ਕੇ ਰੱਖਣਾ ਹੈ। ਉਸੇ ਵੇਲੇ ਉਹਨੇ ਸੱਤ ਵਜਨ ਕਹਿ ਕੇ ਹੁਕਮ ਮੰਨਿਆ ਔਰ ਸਰੀਰ 'ਤੇ ਵਸਤਰ ਪਾਏ। ਇਹਦੇ ਵਿੱਚੋਂ ਇੱਕ ਉਪਦੇਸ਼ ਨਿਕਲਦਾ ਸੀ ਕਿ ਜੇ ਇਹ ਅਵਸਥਾ ਸਿਮਰਨ ਕਰਕੇ ਆਉਂਦੀ ਹੈ ਕਿ ਵਸਤਰਾਂ ਦੀ ਲੋੜ ਨਹੀਂ ਰਹਿੰਦੀ ਬੰਦੇ ਨੂੰ, ਮਰਦ ਇਸਤਰੀ ਦਾ ਪਤਾ ਨਹੀਂ ਲੱਗਦਾ, ਪਰ ਉਹਨੂੰ ਇਹ ਇਜਾਜ਼ਤ ਨਹੀਂ ਵੀ ਉਹ ਵਸਤਰ ਲਾ ਕੇ ਫਿਰੇ, ਵੀ ਸਰੀਰ ਨੂੰ ਢੱਕ ਕੇ ਰੱਖੇ। ਆਪਾਂ ਸਮਾਜ ਵਿੱਚ ਰਹਿੰਦੇ ਹਾਂ, ਪਰਿਵਾਰਾਂ ਵਿੱਚ ਰਹਿੰਦੇ ਹਾਂ, ਸੱਭਿਆਚਾਰਾਂ, ਜਦਕਿ ਇਹਨਾਂ ਲੋਕਾਂ ਨੇ ਉਹਦਾ ਉਲਟਾ ਬਣਾ ਕੇ ਲੋਕਾਂ ਵਿੱਚ ਇਹ ਭੰਡਿਆ ਵੀ ਕਵੀ ਸੰਤੋਖ ਸਿੰਘ ਹੋਰਾਂ ਨੇ ਇਹ ਗੱਲਾਂ ਲਿਖੀਆਂ ਨੇ ਵੀ ਉਹ ਨਗਨ ਗੁਰੂ ਗੋਬਿੰਦ ਸਿੰਘ ਨਾਲ ਰਹਿੰਦੀ ਹੈ, ਜਿਹਦੇ ਅਰਥ ਤੁਸੀਂ ਸਾਰੇ ਸਿਆਣੇ ਹੋ ਵੀ ਕੀ ਨਿਕਲਦੇ ਨੇ, ਵੀ ਉਹ ਇਹ ਗਲਤ ਗੱਲਾਂ ਕਹੀਆਂ ਗਈਆਂ ਨੇ। ਇਸ ਕਰਕੇ ਅਸੀਂ ਅੱਜ ਇੱਥੇ ਆਏ ਹਾਂ ਔਰ ਉਹਦੇ ਲਈ ਕਿਹਾ ਵੀ ਅਜੇ ਵੀ ਅਸੀਂ ਵਿਚਾਰ ਕਰਨ ਲਈ ਵੀ ਤਿਆਰ ਹਾਂ। ਸੂਰਜ ਪ੍ਰਕਾਸ਼ ਗ੍ਰੰਥ ਲੈ ਆਵੋ, ਉਹਦੇ ਵਿੱਚੋਂ ਵਿਖਾ ਦੇਣ ਵੀ ਕਿੱਥੇ ਲਿਖਿਆ ਹੋਇਆ ਵੀ ਮਾਈ ਗੁਰੂ ਗੋਬਿੰਦ ਸਿੰਘ ਦੇ ਨਾਲ ਨਗਰ ਰਹਿੰਦੀ ਰਹੀ ਹੈ, ਜਦਕਿ ਪਹਿਲੇ ਦਿਨ ਹੀ ਮਹਾਰਾਜ ਨੇ ਕੱਪੜੇ ਪਵਾਤੇ। ਹਾਂਜੀ, ਉਹਨਾਂ ਨੇ ਕਿਹਾ ਵੀ ਅਸੀਂ ਅਕਾਲ ਤਖ਼ਤ ਸਾਹਿਬ ਦੀਆਂ ਜਿਹੜੀ ਰਵਾਇਤਾਂ ਨੇ ਉਹਦੇ ਅਨੁਸਾਰ ਅਸੀਂ 5 ਮੈਂਬਰੀ ਕਮੇਟੀ ਬਣਾ ਕੇ ਉਹਦੀ ਇਨਕੁਆਇਰੀ ਕਰਕੇ ਵੀ ਇਹ ਸਾਰਾ ਕੁਝ ਹੋਇਆ ਤਾਂ ਉਹਦੀ ਜਿਹੜੀ ਉਹ ਕਰਨਗੇ ਅਤੇ ਉਹਦੇ ਉੱਤੇ ਕਾਰਵਾਈ ਕਰਨਗੇ। ਉਹਨਾਂ ਨੇ ਸਾਨੂੰ ਇਹ ਆਸ਼ਵਾਸਨ ਦਿੱਤਾ, ਅਸੀਂ ਉਮੀਦ ਕਰਦੇ ਹਾਂ ਵੀ ਇਹ ਜ਼ਰੂਰ ਇਹ ਜਿਹੜਾ ਮਸਲਾ ਹੈ ਇਹ ਵਿਚਾਰ ਦੇ ਰਾਹੀਂ ਅਤੇ ਪਿਆਰ ਦੇ ਰਾਹੀਂ ਹੱਲ ਹੋ ਜਾਏ, ਤਾਂ ਕਿ ਕੌਮ ਦੇ ਵਿੱਚ ਖਾਨਾ ਜੰਗੀ ਅਤੇ ਆਪਸੀ ਸੰਗਤਾਂ ਜਿਹੜਾ ਵਿਰੋਧ ਹੈ ਉਹ ਨਾ ਹੋਵੇ, ਨੁਕਸਾਨ ਨਾ ਹੋਵੇ। ਪ੍ਰਚਾਰਕਾਂ ਨੂੰ ਖੁੱਲ੍ਹਾ ਸੱਦਾ ਜਿੱਥੇ ਮਰਜ਼ੀ ਆ ਜਾਣ, ਜੇ ਅਕਾਲ ਤਖ਼ਤ ਸਾਹਿਬ 'ਤੇ ਆ ਜਾਣ ਤਾਂ ਬਹੁਤ ਚੰਗੀ ਗੱਲ ਹੈ, ਉੱਥੇ ਬਹਿ ਕੇ ਵਿਚਾਰ ਕਰ ਲੈਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਕੌਮ ਦੇ ਕਾਫੀ ਸਾਰੇ ਪ੍ਰਚਾਰਕ ਸਾਹਿਬਾਨ,
ਕਥਾਵਾਚਕ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜੇ ਹੈ ਅਤੇ ਇਹਨਾਂ ਨੇ ਇੱਕ ਮੰਗ ਪੱਤਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਦਿੱਤਾ ਜਿਹਦੇ ਵਿੱਚ ਇਹਨਾਂ ਨੇ ਮੰਗ ਕੀਤੀ ਹੈ ਕਿ ਕੁਝ ਪ੍ਰਚਾਰਕ ਗੁਰਮਤ ਸਿਧਾਂਤਾਂ ਅਤੇ ਮਰਿਆਦਾ ਦੀ ਆੜ ਦੇ ਵਿੱਚ ਐਸੀਆਂ ਗੱਲਾਂ ਕਰ ਰਹੇ ਆ ਜਿਹਦੇ ਨਾਲ ਸੰਗਤਾਂ ਦੇ ਵਿੱਚ ਦੁਬਧਾ ਪੈਦਾ ਹੋ ਰਹੀ ਹੈ, ਖਾਸ ਤੌਰ ਦੇ ਉੱਤੇ ਬਾਬਾ ਰਣਜੀਤ ਸਿੰਘ ਟੰਟਰੀਆਂ ਵਾਲੇ ਬਾਰੇ, ਅਤੇ ਇਸ ਪ੍ਰਚਾਰ ਨੂੰ ਰੋਕਿਆ ਜਾਣਾ ਬੜਾ ਜ਼ਰੂਰੀ ਹੈ। ਔਰ ਸ੍ਰੀ ਅਕਾਲ ਤਖਤ ਸਾਹਿਬ ਵੀ ਮਹਿਸੂਸ ਕਰਦਾ ਹੈ ਕਿ ਵਾਕਈ ਪੰਥ ਦੇ ਵਿੱਚ ਪ੍ਰਚਾਰਕਾਂ ਵੱਲੋਂ ਜਿੱਥੇ ਗੁਰਮਤ ਦਾ ਪ੍ਰਚਾਰ ਕਰਨਾ ਸੀ, ਜਿਹਦੇ ਨਾਲ ਗੁਰੂ ਪ੍ਰਤੀ ਸ਼ਰਧਾ ਭਾਵ ਪੈਦਾ ਹੋਣਾ ਸੀ, ਗੁਰੂ 'ਤੇ ਵਿਸ਼ਵਾਸ ਪੈਦਾ ਹੋਣਾ ਸੀ, ਅਜਿਹੀਆਂ ਗੱਲਾਂ ਕਰਨੀਆਂ ਜਿਹੜੀਆਂ ਹੈ ਉਹ ਸ਼ੋਭਨੀਕ ਨਹੀਂ ਹੈ, ਜਿਹਦੇ ਨਾਲ ਸੰਗਤਾਂ ਦੇ ਵਿੱਚ ਦੁਬਧਾ ਪੈਦਾ ਹੁੰਦੀ ਹੋਵੇ। ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮਨਾਮਾ ਵੀ ਜਿਹੜਾ ਹੈ ਪਿਛਲੇ ਸਮੇਂ ਦੇ ਵਿੱਚ ਇੱਕ ਜਾਰੀ ਹੋਇਆ ਜਿਹਦੇ ਵਿੱਚ ਸਮੂਹ ਪ੍ਰਚਾਰਕਾਂ ਨੂੰ ਜਿਹੜਾ ਉਹ ਹਦਾਇਤ ਕੀਤੀ ਹੈ ਕਿ ਪ੍ਰਚਾਰ ਜਿਹੜਾ ਉਹ ਗੁਰਮਤ ਦੇ ਦਾਇਰੇ ਦੇ ਅੰਦਰ ਰੱਖ ਕੇ ਕੀਤਾ ਜਾਵੇ, ਅਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਨਾ ਕੀਤੀਆਂ ਜਾਣ ਜਿਹਦੇ ਨਾਲ ਸਿੱਖ ਸੰਗਤ ਦੇ ਮਨ ਦੇ ਵਿੱਚ ਦੁਬਧਾ ਪੈਦਾ ਹੁੰਦੀ ਹੋਵੇ ਜਾਂ ਕਿਸੇ ਕਿਸਮ ਦਾ ਸਿੱਖਾਂ ਦੇ ਮਨ ਦੇ ਵਿੱਚ ਜਿਹੜਾ ਹੈ ਉਹ ਠੇਸ ਸਿੱਖਾਂ ਦੇ ਮਨ ਨੂੰ ਪਹੁੰਚਦੀ ਹੋਵੇ। ਅਤੇ ਇਹਨਾਂ ਨੇ ਅੱਜ ਮੰਗ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਦਿੱਤਾ ਹੈ, ਜਲਦੀ ਜਿਹੜਾ ਇਸ ਮੰਗ ਪੱਤਰ ਦੇ ਉੱਤੇ ਪੰਥ ਸਿੰਘ ਸਾਹਿਬਾਨੋਂ ਵੱਲੋਂ ਵਿਚਾਰ ਕਰਕੇ ਕੋਈ ਠੋਸ ਫੈਸਲਾ ਜਿਹੜਾ ਉਹ ਲਿਆ ਜਾਊਗਾ ਜਲਦੀ, ਤਾਂ ਜੋ ਇਹ ਜਿਹੜੇ ਪ੍ਰਚਾਰਕ ਜਿਹੜੇ ਸਾਡੇ ਨੇ ਯੂਟਿਊਬ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਅਜਿਹੀਆਂ ਮਨ ਘੜਤ ਜਿਹੜੀਆਂ ਗੱਲਾਂ ਜਿਹੜੀਆਂ ਪਾ ਰਹੇ ਨੇ ਸੰਗਤਾਂ ਦੇ ਵਿੱਚ ਦੁਬਧਾ ਪੈਦਾ ਕਰ ਰਹੇ ਨੇ, ਇਹਨਾਂ ਨੂੰ ਰੋਕਿਆ ਜਾਵੇ ਅਤੇ ਸੰਗਤ ਦੇ ਵਿੱਚ ਖਾਨਾ ਜੰਗੀ ਦਾ ਜਿਹੜਾ ਮਾਹੌਲ ਜਿਹੜਾ ਹੈ ਉਹ ਨਾ ਬਣੇ, ਇਹਦੇ 'ਤੇ ਵਿਚਾਰ ਜਿਹੜੀ ਹੈ ਉਹ ਜ਼ਰੂਰ ਹੋਏ। ਕਾਫੀ ਸਾਰੀਆਂ ਪਿਛਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋਈਆਂ ਨੇ, ਇਹਨਾਂ ਨੇ ਲਿਖਤੀ ਤੌਰ 'ਤੇ ਦਿੱਤੀਆਂ ਨੇ, 23 ਦੇ ਕਰੀਬ ਇਤਰਾਜ਼ ਜਿਹੜੇ ਨੇ ਉਹ ਆਏ ਨੇ ਅਤੇ ਉਹਨਾਂ ਦੇ ਉੱਤੇ ਵਿਚਾਰ ਹੋਏਗੀ। ਬਿਊਰੋ ਰਿਪੋਰਟ, ਪੰਜਾਬ ਟੂਡੇ।